लूका 16 दे 19 तो 31 तक। एक धनवान मनुख सी जो बैंगनी अते बरी कपड़ा पहनदा अते नित भोग विलास करदा अते शान नाल रहंदा सी अते लाजर नाम दा एक कंगाल फोड़िया नाल भरिया होया ओंदी ड्यूड़ी दे अगे सुट्या पिया हुंदा सी अते जेड़े चूरे पूरे उस धनवान दी मेज दे उत्ते डिगदे सन ओ उन्हां नाल अपना ਟਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਇੱਥੇ ਕੀ ਲਿਖਿਆ ਹੈ? ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਤੇ ਬਰੀਕ ਕਪੜਾ ਪਹਿਨਦਾ ਸੀ। ਸਮਝ ਲੱਗ ਰਹੀ? ਕਪੜਾ ਪਰਮੇਸ਼ਰ ਕੀ ਦੱਸ ਰਿਹਾ, ਕਪੜਾ ਕਿੱਦਾਂ ਦਾ ਪਹਿਨਦਾ ਸੀ। ਕੀ ਲਿਖਿਆ ਹੈ? ਇੱਕ ਧਨੀ ਵਿਅਕਤੀ ਹੈ, ਸਭ ਕੁਝ ਹੈ, ਪੈਸਾ ਵੀ ਹੈ, ਸਭ ਕੁਝ ਹੈ, ਐਸ਼ ਆਰਾਮ ਹੈ, ਜ਼ਿੰਦਗੀ ਐਸ਼ ਦੀ ਜੀ ਰਿਹਾ ਹੈ, ਪਰ ਉਹ ਭੁੱਲ ਗਿਆ ਕਿ ਮੇਰੇ ਤੇ ਵੀ ਸਮਾਂ ਆਏਗਾ ਜਦੋਂ ਮੈਂ ਧਰਤੀ ਤੋਂ ਚਲਾ ਜਾਵਾਂਗਾ, ਸਵਰਗ ਦੇ ਵਿੱਚ ਮੇਰਾ ਨਿਆਂ ਹੋਵੇਗਾ। ਮੇਰਾ ਨਿਆਂ ਕੌਣ ਕਰੇਗਾ? ਕੌਣ? ਇੱਕ ਨਿਆਈ ਪਰਮੇਸ਼ਰ ਬੈਠਾ ਹੈ। ਉਹ ਭੁੱਲ ਗਿਆ ਪੈਸੇ ਨੂੰ ਗਲ ਨਾਲ ਲਾਇਆ, ਗਰੀਬ ਨੂੰ ਗਲ ਨਾਲ ਨਹੀਂ ਲਾਇਆ। ਗਰੀਬ ਡਿਓੜੀ ਦੇ ਵਿੱਚ ਬੈਠਾ ਹੈ, ਉਹਦੇ ਗੇਟ ਦੇ ਸਾਹਮਣੇ ਇੱਕ ਗਰੀਬ ਵਿਅਕਤੀ ਬੈਠਾ ਹੈ, ਫੋੜਿਆਂ ਤੇ ਫਿਣਸੀਆਂ ਨਾਲ ਭਰਿਆ ਹੋਇਆ ਇਨਸਾਨ ਹੈ, ਲਾਜ਼ਰ ਨਾਂ ਦਾ ਵਿਅਕਤੀ ਹੈ। ਕੀ ਹੁੰਦਾ ਹੈ? ਇੱਕ ਸਮਾਂ ਆ ਜਾਂਦਾ ਹੈ, ਉਹ ਗਰੀਬ ਦੀ ਡੈਥ ਹੋ ਜਾਂਦੀ ਹੈ। ਕੀ ਹੁੰਦਾ ਹੈ? ਉਹਦੇ ਕਾਬ ਵੀ, ਉਹਦੇ ਜ਼ਖਮ ਵੀ, ਉਹਦੇ ਜ਼ਖਮ ਕੁੱਤੇ ਚੱਟਦੇ ਨੇ ਜੋ ਉਹਦੇ ਜ਼ਖਮ ਨੇ। ਲਾਜ਼ਰ ਨਾਂ ਦਾ ਵਿਅਕਤੀ ਹੈ, ਡਿਓੜੀ ਦੇ ਅੱਗੇ ਸੁੱਟਿਆ ਹੋਇਆ। ਮਤਲਬ ਕੀ ਹੈ? ਬਹੁਤ ਸਾਰੇ ਲੋਕਾਂ ਨੂੰ ਠੁਕਰਾਇਆ ਕਿ ਫੋੜਿਆਂ ਤੇ ਫਿਣਸੀਆਂ ਦਾ ਮਾਰਿਆ ਹੋਇਆ ਹੈ, ਇਹਨੂੰ ਰੋਟੀ ਤੱਕ ਵੀ ਨਹੀਂ ਦੇ ਰਹੇ ਸੀ, ਪਰ ਭੁੱਖਾ ਰਾਤ ਵੀ ਦਿਨ ਵੀ ਭੁੱਖ ਕੱਟਦਾ ਹੈ। ਜੋ ਉਹਦੇ ਗਰੀਬ ਜੋ ਅਮੀਰ ਬੰਦੇ ਦੀ ਮੇਜ਼ ਤੋਂ ਚੂਰਾ ਪੂਰਾ ਡਿੱਗਦਾ ਹੈ, ਉਹ ਖਾਧਾ ਤੇ ਆਪਣੀ ਭੁੱਖ ਮਿਟਾਦਾ, ਭੁੱਖ ਮਿਟਦੀ ਨਹੀਂ ਹੈ। ਚੂਰਾ ਪੂਰਾ ਜੋ ਮੇਜ਼ ਤੋਂ ਡਿੱਗਦਾ ਹੈ ਉਹ ਖਾਂਦਾ ਹੈ, ਸਮਾਂ ਬਿਤਾ ਰਿਹਾ ਹੈ, ਪਰਮੇਸ਼ਵਰ ਦੇ ਅੱਗੇ ਦਹਾਈ ਦੇ ਰਿਹਾ ਹੈ ਕਿ ਪਰਮੇਸ਼ਵਰ ਜਿਉਂਦੇ ਪਰਮੇਸ਼ਵਰ ਰੱਬ ਤੂੰ ਹੀ ਹੈ ਦੁਨੀਆਂ ਤੇ। ਅੱਜ ਮੈਨੂੰ ਵੇਖ ਲੈ ਕਿ ਰੋਟੀ ਤੱਕ ਨਸੀਬ ਨਹੀਂ ਹੋ ਰਹੀ, ਮੈਂ ਗਰੀਬਾਂ ਦਾ ਕੀ ਹੋਇਆ, ਮੈਨੂੰ ਕੱਪੜਾ ਤੱਕ ਨਸੀਬ ਨਹੀਂ ਹੋ ਰਿਹਾ, ਕੁੱਤੇ ਵੀ ਮੇਰੇ ਜ਼ਖਮ ਨੂੰ ਚੱਟਦੇ ਨੇ, ਦਹਾਈ ਦੇ ਰਿਹਾ ਪਰਮੇਸ਼ਵਰ ਦੇ ਵੱਲ। ਕੀ ਹੁੰਦਾ ਹੈ? ਇੱਕ ਸਮਾਂ ਆ ਜਾਂਦਾ ਹੈ, ਉਹਦੀ ਡੈਥ ਹੋ ਜਾਂਦੀ ਹੈ। ਕੀ ਲਿਖਿਆ? ਅਤੇ ਇਹ ਹੋਇਆ ਜੋ ਉਹ ਕੰਗਾਲ ਮਰ ਗਿਆ ਅਤੇ ਦੂਤਾਂ ਨੇ ਉਹਨੂੰ ਅਬਰਾਹਮ ਦੀ ਗੋਦ ਵਿੱਚ ਲੈ ਜਾ ਰੱਖਿਆ ਅਤੇ ਉਹ ਧਨਵਾਨ ਵੀ ਮਾਰਿਆ ਅਤੇ ਚਲਾ ਗਿਆ। ਇੱਥੇ ਕੀ ਲਿਖਿਆ ਹੈ? ਉਹ ਲਾਜ਼ਰ ਕੀ ਹੋਇਆ ਹੈ? ਇੱਕ ਸਮਾਂ ਆ ਗਿਆ, ਉਹ ਮਰ ਗਿਆ, ਧਰਤੀ ਤੋਂ ਚਲਾ ਗਿਆ, ਪਰ ਸਵਰਗ ਦੂਤਾਂ ਨੇ ਕੀ ਕੀਤਾ? ਉਹਦੀ ਆਤਮਾ ਜਿਹੜੀ ਅਬਰਾਹਮ ਦੀ ਗੋਦ ਵਿੱਚ ਲੈ ਕੇ ਗਏ। ਅਬਰਾਹਮ ਕੌਣ ਹੈ? ਸਭਨਾ ਦਾ ਪਿਤਾ ਹੈ, ਉਹਦੀ ਗੋਦ ਦੇ ਵਿੱਚ ਲੈ ਕੇ ਗਏ। ਜਦੋਂ ਗੋਦ ਦੇ ਵਿੱਚ ਪਹੁੰਚ ਗਿਆ ਇੱਕ ਧਨਵਾਨ ਧਨੀ ਵਿਅਕਤੀ, ਕੀ ਲਿਖਿਆ? ਧਨਵਾਨ ਵੀ ਮਾਰਿਆ ਗਿਆ ਤੇ ਦੱਬਿਆ ਗਿਆ, ਦੱਬਿਆ ਗਿਆ, ਸਮਝ ਆ ਰਹੀ ਹੈ? ਜਦੋਂ ਮਾਰਿਆ ਗਿਆ ਧਰਤੀ ਤੇ, ਧਨਵਾਨ ਹੈ, ਪੈਸਾ ਹੈ, ਸਭ ਕੁਝ ਹੈ, ਪਰ ਪਰਮੇਸ਼ਰ ਨੇ ਪਸੰਦ ਨਹੀਂ ਕੀਤਾ, ਮਾਰਿਆ ਗਿਆ ਤੇ ਮਰ ਕੇ ਕਿੱਥੇ ਚਲਾ ਗਿਆ? ਕੀ ਕਹਿ ਰਿਹਾ ਹੈ? ਅੱਜ ਬਾਈਬਲ ਦੇ ਵਿੱਚ ਤੁਹਾਨੂੰ ਧਿਆਨ ਨਾਲ ਸੁਣੀ ਚੱਲੋ, ਅੱਜ ਪਤਾ ਲੱਗੇਗਾ ਪੈਸਾ ਜ਼ਰੂਰੀ ਹੈ ਕਿ ਧਨ ਜ਼ਰੂਰੀ ਹੈ। ਪੈਸੇ ਦੇ ਪਿੱਛੇ ਤਾਂ ਭੱਜਦੇ ਆ, ਪਰ ਯੀਸ਼ੂ ਮਸੀਹ ਜਦੋਂ ਤੁਹਾਡਾ ਪੈਸਾ ਪਸੰਦ ਨਾ ਕਰੇਗਾ ਤੇ ਪੈਸੇ ਭਾਵੇਂ ਘਰਾਂ ਕਿੱਥੀਆਂ ਰੱਖੀ ਰੱਖੋ, ਘਰ ਦੇ ਵਿੱਚ ਟੈਂਚੀ ਕੇਸ ਭਰੀ ਰੱਖੀਏ, ਬੈਂਕ ਭਰੀ ਰੱਖੀਏ, ਜੇ ਪਰਮੇਸ਼ਰ ਪਸੰਦ ਨਾ ਕਰੇ ਤਾਂ। ਪਰ ਪਹਿਲਾ ਨੰਬਰ ਮੈਂ ਤੁਹਾਨੂੰ ਦੱਸ ਰਿਹਾ, ਕੋਈ ਵੀ ਇਨਸਾਨ ਏਦਾਂ ਨਾ ਸਮਝਿਆ ਜੇ ਇਹ ਵਚਨ ਕੀਮਤੀ ਹੈ, ਜਦ ਤੁਹਾਡੇ ਕੋਲ ਆਇਆ ਹੈ ਤਾਂ ਭੁੱਲਿਆ ਜੇ ਨਾ। ਜੇ ਪੈਸਾ ਇੱਕ ਸੈਕਿੰਡ ਦੇ ਚੋਡ ਆ ਜਾਂਦਾ ਹੈ, ਇੱਕ ਸੈਕਿੰਡ ਵਿੱਚ ਤੁਸੀਂ ਧੰਨਵਾਨ ਹੋ ਸਕਦੇ ਹੋ, ਪਰਮੇਸ਼ਰ ਦਇਆ ਕਰ ਸਕਦਾ ਹੈ, ਮਰਾਈਕਲ ਮਣੀ ਕਰ ਸਕਦਾ ਹੈ, ਉਹ ਗਰੀਬ ਨੂੰ ਚਾਜਾਂ ਤੇ ਲੈ ਕੇ ਜਾ ਸਕਦਾ ਹੈ ਤੇ ਉਹ ਚਾਜਾਂ ਤੇ ਜਾਣ ਵਾਲੇ ਇਨਸਾਨ ਨੂੰ ਥੱਲੇ ਵੀ ਦੇ ਸਕਦਾ ਹੈ। ਜਦੋਂ ਪਰਮੇਸ਼ਰ ਨੂੰ ਭੁੱਲ ਜਾਵਾਂਗੇ, ਪਰਮੇਸ਼ਰ ਭੁੱਲਣ ਨਹੀਂ ਦੇਗਾ। ਜੇ ਧਰਤੀ ਤੋਂ ਉਹਨੇ ਭੇਜਿਆ ਹੈ ਤਾਂ ਉਹਨੇ ਆਪਣੇ ਹੱਥ ਦੇ ਵਿੱਚ ਡੋਰ ਰੱਖੀ ਹੈ, ਕਦੋਂ ਵੀ ਵਾਪਸ ਬੁਲਾ ਸਕਦਾ ਹੈ। ਸਮਝ ਆ ਰਹੀ ਹੈ? ਸਮਝ ਆ ਰਹੀ ਹੈ? ਉਹ ਸਮਝ ਆ ਰਹੀ ਹੈ? ਜੇ ਸਮਝ ਆ ਰਹੀ ਤੇ ਪਰਮੇਸ਼ਰ ਦੇ ਵਚਨ ਨੂੰ ਮੰਨਣਾ,
और बहुत सारे परमेश्वर के कामों के लिए पैसा यूज नहीं करते, अपने घर के लिए अपने, ये तुहानू नहीं पता, पर मैनू पता है, मैं वचन पढ़िया है, मैं परमेश्वर के वचन गया, बाइबल लिखिया होया है कि इंसान की करता है, पहला पैसा वेखदा है, इन्ने पैसे हुण चर्च विच नहीं देने, रख लोगे जे कोई पाई देना आवे ना पत्नियां खिंच लैंदे किधर पैसे दोगे, कई तो पाई भी कंजूस में कई होंगे ने कई नहीं देते, पर कई भैन भी मैं लगता कंजूस होंदिया ने सारिया नहीं, कई भाई भी कई होंगे ने सारे नहीं होंगे, कई तो बिच होगे ना वफादार, कई तो पैसे पैसा है तो सब कुछ एक गल तेन अज समझानी एक एक गल तैयार हो तैयार हो जो इंसान धरती तो चला जाएगा स्वर्ग दे चकी होएगा ए वचन दे च लिखा है ए गल हुण स्वर्ग तक पहुंच गई है स्वर्ग दे विच की गल हो रही है ए अज ध्यान नाल सुनो हां ते ही दे विच एक आयत पढ़ उस तो बाद हां अते पताल विच दुखी हो के उसने अपनियां अखियां चुकियां अते दूरों अब्राहम नूं अते ओंदी गोद विच लाजर नूं दिखा हां अपनी अखियां चुकियां जो नरक की अग चला गया अपनी अखा उपर चकदा है तो की वेखदा है अब्राहम की गोद लाजर वेखदा है ओही इंसान है जिन्हों गिरा हुआ लोग समझते से जिन्हें कदर नहीं करते से वो अब्राहम की गोद दे विच जा बैठा है हाँ के उसने आवाज मार के कहा हे पिता अब्राहम मेरे उत्ते दया कर अते लाजर नु कल जो अपनी उंगल दा पोटा पानी विच डबो के मेरी जीभ ठंडी करे क्यों जो मैं इस लंब विच कल्पदा हां इत्थे की लिखया है अब्राहम नु वाय लगा रहा है हे पिता अब्राहम तू लाजर नु कल ओही इंसान नु कल जेड़ा मेरी ड्यूटी दे सामने बैठा रहंदा से जिंदी मैं कदर नहीं पाई अज स्वर्ग दी कदर है स्वर्ग लाजर दी गोद लाजर जड़ा है अब्राहम दी गोद दे विच बैठा है की कह रहा है कहना पिता अब्राहम इनू भेज कि अपने उंगल नू पानी दे विच डबो के मेरी जीभ ते लगा दे वे एक वेखो दूध पानी दी नाल तरस रहा है अग दे नाल तड़पदा होया आवाज लगा रहा है रो रहा है कला रहा है पैसा धरती ते जोड़िया है पर स्वर्ग दे विच खजाना खाली है स्वर्ग दे विच एक रुपया नहीं जुड़िया होया पर जे स्वर्ग दे विच तन जोड़िया हुंदा जे धरती ते सारा पैसा नष्ट कीता हुंदा ओही पैसा स्वर्ग दे विच जोड़िया हुंदा ते अब्राहम दी गोद दे विच चला जांदा पर किदी कदर है स्वर्ग दे विच ओदी कदर है जिन लोग गरा देंदे ने जिन लोग तुच्छ जानदे ने जिंदी कदर नहीं गे ओदे परमेश्वर कदर करदा है जे तुसी यीशु मसीह दे विच लोगों ने गरा दिता है लोगों ने तुच्छ जाना है लोगों ने ताने मेरे दिते ने अज यीशु मसीह तुहाडी कदर कराण वाला है पैसा भी आएगा सब कुछ होएगा पर पहले नंबर ते यीशु मसीह जरूरी है यीशु मसीह नु ना भुलिया जे नहीं तो पैसा किसे अर्थ नहीं आएगा हाँ अगे की लिखे पर अब्राहम बोलिया बच्चा याद कर जो तू अपने जिंदे जी अपनिया चंगिया चीजा पा चुका अते इसे तरह लाजर मंदिया चीजा पर हुण ओ इत्थे शांत पाउंदा अते तू कल्पदा है अते इस तों बाज साडे अते तुहाडे विच इक वड्डी खड्ड पई है तां जो ओ जिहड़े इत्थों तुहाडे कोल पार लंघना चाहुण ओ ना लंघ सकन ना उधरों कोई साडे कोल इस पासे आन इत्थे की लिखा है पर अब्राहम बोलिया बच्चा याद कर ओ समा याद कर जदों ए बच्चा कल्पदा से जदों लाजर कल्पदा से ते तू दी सार नहीं लई अज तू कल्पदा है तेरा रास्ता लग है तुहाडे ते साडे विचकार एक खड्ड है एक कंध है ना इधरों असीं उधर आ सकदे ना उधरों
ਸੀ ਇਧਰ ਆ ਸਕਦੇ ਇਹ ਸਵਰਗ ਦੀ ਗੱਲ ਹੋ ਰਹੀ ਹੈ ਸਵਰਗ ਦੀ ਸਵਰਗ ਤੇ ਨਰਕ ਦੇ ਵਿੱਚ ਇੱਕ ਖੱਟ ਹੈ ਰਸਤਾ ਲੱਗ ਹੈ ਨਰਕ ਦਾ ਰਸਤਾ ਲੱਗ ਹੈ ਸਵਰਗ ਦਾ ਰਸਤਾ ਲੱਗ ਹੈ ਸਵਰਗ ਦੀ ਗੱਲ ਹੋ ਰਹੀ ਹੈ ਕਿ ਬੱਚਾ ਯਾਦ ਕਰ ਉਹ ਸਮਾਂ ਯਾਦ ਕਰ ਜਦੋਂ ਪੈਸਾ ਸੀ ਸਭ ਕੁਝ ਸੀ ਪਰ ਗਰੀਬ ਨੂੰ ਤੂੰ ਰੋਟੀ ਦਾ ਟੁਕੜਾ ਵੀ ਨਹੀਂ ਦਿੱਤਾ ਉਹਦੇ ਜ਼ਖਮ ਵੀ ਜਿਹੜੇ ਕੁੱਤੇ ਚਟਦੇ ਸੀ ਗਰੀਬ ਦੀ ਕਦਰ ਨਹੀਂ ਪਾਏ ਪਰ ਅੱਜ ਇਸ ਗਰੀਬ ਦੀ ਕਦਰ ਹੈ ਸਵਰਗ ਦੇ ਵਿੱਚ ਅੱਜ ਸਵਰਗ ਦੇ ਵਿੱਚ ਅਬਰਾਹਮ ਦਾ ਬੇਟਾ ਬਣ ਗਿਆ ਇੱਥੇ ਅੱਗੇ ਕੀ ਲਿਖਿਆ ਹੈ ਕਿ ਤੂੰ ਕੱਪੜਾ ਪਾਉਂਦਾ ਸੀ ਚੰਗਾ ਪਹਿਨਦਾ ਸੀ ਐਸ ਪ੍ਰਸਤੀ ਦੀ ਜ਼ਿੰਦਗੀ ਜੀਂਦਾ ਸੀ ਪਰ ਇੱਥੇ ਤੂੰ ਨਰਕ ਦੇ ਵਿੱਚ ਸਜ਼ਾ ਭੋਗ ਸਜ਼ਾ ਨਰਕ ਦੇ ਵਿੱਚ ਤੂੰ ਕਲਪਦਾ ਰਹਿ ਤੜਫਦਾ ਰਹਿ ਇੱਥੇ ਇੱਕ ਬੂੰਦ ਵੀ ਪਾਣੀ ਦੀ ਤੈਨੂੰ ਨਹੀਂ ਮਿਲੇਗੀ ਤੜਫਦਾ ਰਹਿ ਤੂੰ ਤੜਫਦਾ ਰਹਿ ਯਾਦ ਕਰਦਾ ਰਹਿ ਪੁਰਾਣਾ ਸਮਾਂ ਹੁਣ ਅੱਗੇ ਵਚਨ ਵਿੱਚ ਧਿਆਨ ਨਾਲ ਸੁਣੋ ਕੀ ਕਹਿੰਦਾ ਹੈ ਫਿਰ ਦੁਬਾਰਾ ਤੋਂ ਵਾਅਦਾ ਲਗਾਦਾ ਹੈ ਇੱਕ ਜਿਹੜੀ ਗੱਲ ਕਹਿੰਦਾ ਤੇ ਨਹੀਂ ਮੰਨੀ ਜਾਂਦੀ ਦੂਜੀ ਗੱਲ ਫਿਰ ਕਹਿੰਦਾ ਹੈ ਹਾਂਜੀ ਤਾਂ ਉਸ ਆਖਿਆ ਇਹ ਪਿਤਾ ਤਦ ਮੈਂ ਤੇਰੀ ਮਿੰਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਹਨਾਂ ਦੇ ਅੱਗੇ ਸਾਖੀ ਦੇਵੇ ਕਿ ਕਿਤੇ ਉਹ ਵੀ ਇਸ ਕਸ਼ਟ ਦੇ ਤਾਂ ਵਿੱਚ ਨਾ ਆਉਣ ਹਾਂ ਇੱਥੇ ਕੀ ਲਿਖਿਆ ਹੈ ਫਿਰ ਬੇਨਤੀ ਕਰਦਾ ਹੈ ਕਿ ਇਹਨੂੰ ਐਦਾਂ ਕਰ ਜੇ ਮੈਂ ਤੜਫਦਾ ਰਵਾਂ ਤਾਂ ਮੇਰੀ ਗੱਲ ਤੂੰ ਨਹੀਂ ਮੰਨੇ ਤੂੰ ਐਦਾਂ ਕਰ ਮੇਰੇ ਪਿਤਾ ਦੇ ਘਰ ਦੇ ਵਿੱਚ ਇਹਨੂੰ ਭੇਜ ਦੇ ਲਾਜ਼ਰ ਨੂੰ ਮੇਰੇ ਪੰਜ ਭਰਾ ਹੋਰ ਨੇ ਮੇਰੇ ਪਿਤਾ ਦੇ ਪੰਜ ਬੇਟੇ ਹੋਰ ਨੇ ਉਹਨਾਂ ਨੂੰ ਜਾ ਤੇ ਮੈਸੇਜ ਲਾ ਕੇ ਆਵੇ ਕਿ ਜਿੱਥੇ ਮੈਂ ਤੜਫਦਾ ਆ ਉਹ ਨਰਕ ਦੇ ਵਿੱਚ ਨਾ ਆ ਸਕਣ ਉਹਨਾਂ ਨੂੰ ਜਾ ਕੇ ਮੈਸੇਜ ਲਗਾ ਕੇ ਆ ਇੱਥੇ ਵਚਨ ਵਿੱਚ ਕੀ ਲਿਖਿਆ ਹੈ ਕਿ ਅੱਗੂ ਅਬਰਾਹਮ ਕੀ ਜਵਾਬ ਦੇ ਰਿਹਾ ਹਾਂਜੀ ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਤੇ ਨਬੀ ਹਨ ਉਹ ਉਹਨਾਂ ਦੀ ਸੁਣਨ ਪਰ ਉਸ ਆਖਿਆ ਨਾ ਜੀ ਹੈ ਪਿਤਾ ਅਬਰਾਹਮ ਪਰ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ ਹਾਂ ਇੱਥੇ ਕੀ ਲਿਖਿਆ ਹੈ ਇੱਥੇ ਵਚਨ ਵਿੱਚ ਕੀ ਲਿਖਿਆ ਕਹਿੰਦਾ ਨਹੀਂ ਇਹਦਾ ਨਹੀਂ ਜਾ ਸਕਦਾ ਕਹਿੰਦਾ ਉਹਨਾਂ ਨੂੰ ਮੈਸੇਜ ਲਾਉਣ ਵਾਲੇ ਮੂਸਾ ਤੇ ਨਬੀ ਨੇ ਕੀ ਲਿਖਿਆ ਉਹਨਾਂ ਕੋਲ ਮੂਸਾ ਅਤੇ ਨਬੀ ਹਨ ਉਹ ਉਹਨਾਂ ਦੀ ਸੁਣ ਕਹਿੰਦਾ ਮੈਂ ਪਾਸਟਰ ਖੜੇ ਕੀਤੇ ਨੇ ਪਾਸਟਰ ਪ੍ਰਚਾਰ ਕਰ ਰਹੇ ਨੇ ਮੈਸੇਜ ਦੇ ਰਹੇ ਨੇ ਸਵਰਗ ਤੇ ਨਰਕ ਦਾ ਮੈਸੇਜ ਦੇ ਰਹੇ ਨੇ ਕਹਿੰਦਾ ਉਹਨਾਂ ਕੋਲ ਨਬੀ ਨੇ ਪਰ ਤੂੰ ਇੱਥੋਂ ਦੀ ਗੱਲ ਇੱਥੇ ਹੀ ਰਹਿਣ ਦੇ ਕਹਿੰਦਾ ਉਹ ਧਰਤੀ ਤੇ ਨਹੀਂ ਜਾਏਗੀ ਇਹ ਵਚਨ ਵਿੱਚ ਕਿਉਂ ਲਿਖਣਾ ਪਿਆ ਕਿਉਂ ਤੁਹਾਡੇ ਤੇ ਮੇਰੇ ਤੱਕ ਇਹ ਮੈਸੇਜ ਪਹੁੰਚਿਆ ਤਾਂ ਕਿ ਹਰ ਇੱਕ ਇਨਸਾਨ ਪਰਮੇਸ਼ਰ ਚਾਹੁੰਦਾ ਨਰਕ ਦੀ ਅੱਗ ਦਾ ਭਾਗੀ ਨਾ ਬਣੇ ਉਹ ਸਵਰਗ ਦੇ ਚਾਹੇ ਮੇਰਾ ਬੇਟਾ ਮੇਰੀ ਬੇਟੀ ਹਾਂਜੀ ਅੱਗੇ ਕੀ ਲਿਖਿਆ ਪਰ ਉਹਨੇ ਉਸ ਨੂੰ ਕਿਹਾ ਜੇ ਮੂਸਾ ਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਪਰ ਉਹ ਨਾ ਮੰਨਣਗੇ ਹਾਂ ਕਹਿੰਦਾ ਜੇ ਮੂਸਾ ਦੀ ਗੱਲ ਨਹੀਂ ਮੰਨਦਾ ਜੇ ਨਬੀਆਂ ਦੀ ਗੱਲ ਨਹੀਂ ਮੰਨਦਾ ਤੇ ਭਾਵੇਂ ਮੁਰਦਿਆਂ ਦੇ ਵਿੱਚ ਜੀ ਵੀ ਪਵੇ ਭਾਵੇਂ ਮੈਂ ਇੱਥੋਂ ਭੇਜ ਵੀ ਦੇਵਾਂ ਧਰਤੀ ਤੇ ਚਲਾ ਵੀ ਜਾਵੇ ਉਹ ਗੱਲ ਨਹੀਂ ਮੰਨਣਗੇ ਕਹਿੰਦਾ ਜੇ ਉਹਨਾਂ ਮੂਸਾ ਤੇ ਨਬੀਆਂ ਦੀ ਗੱਲ ਨਹੀਂ ਮੰਨੇ ਤਾਂ ਇੱਥੋਂ ਜਿਹੜਾ ਭੇਜਿਆ ਗਿਆ ਉਹਦੀ ਵੀ ਨਹੀਂ ਮੰਨਣਗੇ ਸਮਝ ਆ ਰਹੀ ਉਹ ਸਮਝ ਲੱਗ ਰਹੀ ਹੈ ਸਵਰਗ ਤੇ ਨਰਕ ਦੀ ਗੱਲ ਹੋ ਰਹੀ ਹੈ ਕਿੰਨੇ ਜਣੇ ਸਵਰਗ ਜਾਣਾ ਚਾਹੁੰਦੇ ਨੇ ਹੱਥਾਂ ਨੂੰ ਉਠਾਓ ਹਾਂ ਜੇ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਫਿਰ ਪਰਮੇਸ਼ਵਰ ਦੇ ਲਈ ਸਭ ਕੁਝ ਕਰਨਾ ਪਵੇਗਾ ਫਿਰ ਪੈਸੇ ਨੂੰ ਪਿੱਛੇ ਤੇ ਯਿਸੂ ਮਸੀਹ ਨੂੰ ਅੱਗੇ ਕਰਨਾ ਪਵੇਗਾ ਸਮਝ ਲੱਗ ਰਹੀ ਹੈ ਆਨੰਦ ਆ ਰਿਹਾ ਹੈ